ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਚਿੰਤਾਜੋਗ ਹੁੰਦੀ ਜਾ ਰਹੀ ਹੈ। ਜ਼ਿਲ੍ਹੇ 'ਚ ਸਿਰਫ 4 ਦਿਨਾਂ 'ਚ ਦੂਜਾ ਕਤਲ ਹੋ ਗਿਆ ਹੈ। ਪਿੰਡ ਕਰਮਗੜ੍ਹ 'ਚ ਕਰੀਬ 75 ਸਾਲ ਦੇ ਇੱਕ ਕਿਸਾਨ ਬੰਤ ਸਿੰਘ ਦਾ ਕਤਲ ਹੋਇਆ, ਜਿਸ ਨੂੰ ਘਰ 'ਚ ਵੜ ਕੇ ਮਾਰਿਆ ਗਿਆ। ਉਸਦੇ ਸਿਰ 'ਤੇ ਗਹਿਰੀਆਂ ਸੱਟਾਂ ਦੇ ਨਿਸ਼ਾਨ ਨੇ। ਮ੍ਰਿਤਕ ਦੇ ਪੁੱਤਰ ਸਤਪਾਲ ਸਿੰਘ ਅਤੇ ਗੁਆਂਢੀ ਦੇ ਮੁਤਾਬਿਕ ਬੰਤ ਸਿੰਘ ਰੋਜ਼ਾਨਾ ਵਾਂਗ ਆਪਣੇ ਖੇਤਾਂ ਵਾਲੇ ਘਰ 'ਚ ਸੁੱਤਾ ਹੋਇਆ ਸੀ, ਪਰ ਸਵੇਰੇ ਉਹ ਘਰ ਨਹੀਂ ਪਰਤਿਆ। ਉਹਦੇ ਬਾਹਰਲੇ ਘਰੇ ਪੈਂਦੇ ਹੁੰਦੇ ਸੀ ਸਾਡੇ, ਅਤੇ ਸੁਬਹਾ 5:30-6 ਵਜੇ ਦੀ ਗੱਲ ਹੈ ਜੀ। ਜਦੋਂ ਮੈਂ ਗਿਆ ਜੀ ਬਾਹਰ, ਅਤੇ ਬਾਹਰ ਜਾ ਕੇ ਮੈਂ ਗੇਟ ਗੂਟ ਖੜਕਾਇਆ ਜੀ, 4-5 ਗੇਟ ਖੜਕਾਇਆ ਗੇਟ, ਅਤੇ ਇਹਨਾਂ ਨੇ ਗੇਟ ਅੰਦਰੋਂ ਖੋਲਿਆ ਨਹੀਂ ਜੀ। ਅਤੇ ਜਦੋਂ ਨਾ ਖੋਲਿਆ ਅੰਦਰੋਂ ਗੇਟ, ਮੈਂ ਜੀ ਕੰਧ ਟੱਪ ਕੇ ਅੰਦਰ ਚਲਿਆ ਗਿਆ। ਅੰਦਰ ਚੱਲ ਕੇ ਜੀ ਮੈਂ ਗੇਟ ਖੋਲਿਆ, ਫਿਰ ਗੇਟ ਖੋਲ੍ਹ ਕੇ ਫਿਰ ਮੈਂ ਜੀ ਅੰਦਰ ਇਹਨਾਂ ਲਵੇ ਗਿਆ, ਪਾਪੇ ਲਵੇ ਗਿਆ ਆਪਣੇ ਲਵੇ, ਅਤੇ ਇਹਨਾਂ ਲਵੇ ਜਾ ਕੇ ਦੇਖਿਆ ਵੀ ਜਦੋਂ ਮੈਂ ਲਾਈਟ ਹੈ ਨਹੀਂ ਸੀ, ਮੈਂ ਬੈਟਰੀ ਇਹਨਾਂ ਲਵੇ ਹੁੰਦੀ ਹੈ ਜੀ, ਸਰਾਣੀ ਪਈ ਹੁੰਦੀ ਇਹਨਾਂ ਦੇ, ਅਤੇ ਜਦੋਂ ਮੈਂ ਇਹਨਾਂ ਲਵੇ ਗਿਆ ਜਾ ਕੇ ਜਦੋਂ ਦੇਖਿਆ, ਮਤਲਬ ਰਜਾਈ ਰਜੂਈ ਉੱਪਰ ਕੁਛ ਨਹੀਂ ਸੀ, ਐਂ ਪਏ ਸੀਗੇ ਮਤਲਬ, ਅਤੇ ਖੂਨ ਨਾਲ ਹਾਂਜੀ ਲਿਬੜੇ ਹੋਏ ਪਏ ਸੀਗੇ। ਜਦੋਂ ਮੈਂ ਦੇਖਿਆ ਜਾ ਕੇ ਵੀ ਖੂਨ ਸਿਰ ਸੁਰ 'ਚ ਵੀ ਵਾਹਵਾ ਲੱਗਿਆ ਪਿਆ ਸੀਗਾ, ਜਦੋਂ ਮੈਂ ਹਿਲਾ ਚਲਾ ਕੇ ਦੇਖਿਆ ਤਾਂ ਮਤਲਬ ਖਤਮ ਹੋਏ ਪਏ ਸੀਗੇ ਉਦੋਂ। ਨਹਿਲ ਕਲਾਂ ਦੀ ASP ਪ੍ਰਗਿਆ ਜੈਨ ਨੇ ਦੱਸਿਆ ਕਿ ਫੋਰੈਂਸਿਕ ਟੀਮ ਨੇ ਮੌਕੇ ਤੇ ਪਹੁੰਚ ਕੇ ਪੜਤਾਲ ਕੀਤੀ ਹੈ ਤੇ ਰਿਪੋਰਟ ਮਿਲਣ ਤੱਕ ਮੁੱਢਲੀ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਸਵੇਰ ਅਰਾਊਂਡ 7:00 ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਥੇ ਕਰਮਗੜ੍ਹ ਪਿੰਡ ਦੇ ਵਿੱਚ ਇੱਕ 75 ਸਾਲ ਦੇ ਬਜ਼ੁਰਗ ਜਿਨ੍ਹਾਂ ਦਾ ਨਾਮ ਬੰਤ ਸਿੰਘ ਹੈ, ਉਹਨਾਂ ਦਾ ਇੱਕ ਮਰਡਰ ਦੇ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ, ਅਤੇ ਸਾਡੀ ਪੁਲਿਸ ਪਾਰਟੀ ਇੱਥੇ ਪਹੁੰਚ ਗਈ ਸੀਗੀ, ਸਾਰੇ ਸੀਨੀਅਰ ਆਫਿਸਰਸ ਇੱਥੇ ਨੇ, ਐਂਡ ਵੀ ਆਰ ਟਰਾਇੰਗ ਟੂ ਇਨਵੈਸਟੀਗੇਟ ਔਨ ਵੈਰੀ ਸੂਨ ਵਿਲ ਫਾਇੰਡ ਆਊਟ ਕਿ ਕਿਵੇਂ ਹੋਇਆ। ਬੰਤ ਸਿੰਘ ਹੈਗਾ ਜੀ ਇਹਨਾਂ ਦਾ ਨਾਮ, ਉਮਰ ਹੈਗੀ ਅਰਾਊਂਡ 75 ਸਾਲ, ਇਹ ਹੀ ਸਰਵਾਈਵਡ ਬਾਏ ਇੱਕ ਮੁੰਡਾ ਹੈਗਾ ਇਹਨਾਂ ਦਾ, ਅਤੇ 3 ਇਹਨਾਂ ਦੇ ਪੋਤਰੇ ਨੇ। ਹੁਣੇ ਅਸੀਂ ਇਨਵੈਸਟੀਗੇਟ ਕਰ ਰਹੇ ਨੇ, ਸਾਨੂੰ ਇਹ ਲੱਗਦਾ ਹੈਗਾ ਕਿ ਕੋਈ ਜਿਹੜਾ ਹੈਗਾ ਪਿੰਡ ਦਾ ਹੀ ਸਾਨੂੰ ਲੱਗ ਰਿਹਾ ਹੈਗਾ ਕਿ ਕੋਈ ਹੋ ਸਕਦਾ ਹੈਗਾ, ਬਟ ਡੈਫੀਨੇਟਲੀ ਇਟ ਇਜ਼ ਅ ਮਰਡਰ, ਅਤੇ ਅਸੀਂ ਪੂਰਾ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਟ ਕਰ ਰਹੇ ਨੇ। ਫੋਰੈਂਸਿਕਸ ਦੀ ਟੀਮ ਵੀ ਇੱਥੇ ਹੀ ਹੈਗੀ ਜਿਵੇਂ ਤੁਸੀਂ ਵੇਖ ਸਕਦੇ ਹੋ, ਅਤੇ ਫਿੰਗਰਪ੍ਰਿੰਟ ਐਕਸਪਰਟਸ ਵੀ ਇੱਥੇ ਨੇ, ਐਸ ਸੂਨ ਐਸ ਵੀ ਗੈਟ ਟੂ ਨੋ। ਬਰਨਾਲਾ ਤੋਂ ਹਿਮਾਂਸ਼ੂ ਦੁਆ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਇਹ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ। ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।